सवाल बहुत आ रहा जान दे। डर तो नहीं लग रहा बेटा, दिल्ली का कम हो। गुड मॉर्निंग, सत श्री अकाल सारयां नूं। अज लैके आया तुहानूं नवीं जगह ते, सवेरे दी जिहड़ी चीज़ नूं देखण लई चले होए आ फाइनल उत्थे पहुँच ही गए। हुण इत्थे आ के चलो सारे सफर दी जिहड़ी ना थके अके सी सारी थकान लै गई, क्योंकि इत्थों दा के व्यू देख के ना स्वाद ही आ गया। ते हुण तुहानूं वी नाल दिखाउणे आ व्यू। इह जिहड़ा डैम देख रहे इहदा नाम आ ढोलवाहा डैम, हुशियारपुर डिस्ट्रिक्ट च पैंदा। ते बहुत घैंट इत्थे व्यू बनदे हैगे। ये डैम 784 फुट लंबा इधर नू। ये डैम बेसिकली बनया सीगा इधरले जिहड़े पिंड ने इधर पंजाब दे, क्योंकि इधरली साइड हिमाचल रह जांदा, वसा पहाड़ियों के पिछे हिमाचल स्टार्ट हुंदा हैगा। ते ये जदों उधर हिमाचल च मीह पैंदा सी तां पानी सारा इधर दी आके रुड़ के इधर पिंडां विच चला जांदा सी, जिस कारण पंजाब च ना फ्लड दे संभावना वधनी रहिंदी सीगी मानसूनां च। ते सरकार ने इत्थे नेड़े नेड़े ना ये पंज डैम ने कट्ठे, ते उन्हां विच्चों इक डैम ये आ ढोलवाहा डैम। ते इत्थे बनाया गया ये, हुण पानी इत्थे इधर जमा हो गया, जिहदे नाल इक झील बन गई नाल, ते जिहदा व्यू सानूं देखण नूं बहुत घैंट हैगा। जे कोई भी इधर पठानकोट वल जांदा जां जम्मू जांदा तां इत्थे इक वारी रुक के इहनूं जरूर देख के जाओ। बस हाँ, जे थोड़ी बहुत इहदी सांभ संभाल हो गई तां इह चंडीगढ़ वाली लेक नालों घट नहीं। हुण नाल नाल देखो, हुण तुहानूं अगे दिखाउणे आ पंजाब दे होर जंगल, ते जंगली इलाका जिहड़ा पंजाब दा सारा ਉਹ ਦਿਖਾਉਂਦੇ ਹੈਗੇ ਤੁਹਾਨੂੰ ਦੇਖ ਕੇ। ਮੈਂ ਕਹਿ ਰਿਹਾ ਤੁਸੀਂ ਨਹੀਂ ਦੇਖਿਆ ਹੋਣਾ ਪਹਿਲਾਂ, ਜਾਂ ਜਿਹਨੇ ਵੀ ਦੇਖਿਆ ਹੋਇਆ ਉਹ ਸਾਨੂੰ ਜ਼ਰੂਰ ਦੱਸਿਓ। ਅਤੇ ਹੁਣ ਅਤੇ ਬਾਕੀ ਫਿਰ ਹੋਈ ਯੂਟਿਊਬਰਾਂ ਨੂੰ ਬੇਨਤੀ ਆ ਕਿ ਥੋੜ੍ਹਾ ਬਹੁਤਾ ਕਰੋ ਪੰਜਾਬ ਨੂੰ ਵੀ ਪ੍ਰਮੋਟ, ਬਾਕੀ ਸਰਕਾਰ ਨੂੰ ਵੀ ਆ ਵੀ ਥੋੜ੍ਹਾ ਬਹੁਤਾ ਇੱਥੇ ਸੁਧਾਰ ਕਰਨ, ਤਾਂ ਕਿ ਟੂਰਿਜ਼ਮ ਦਾ ਧਿਆਨ ਇੱਧਰ ਨੂੰ ਆਵੇ। ਹੁਣ ਚੱਲੇ ਅਸੀਂ ਅੱਗੇ ਦੂਸਰੀ ਮੰਜ਼ਿਲ ਵੱਲ, ਸਾਨੂੰ ਜੰਗਲ ਦਿਖਾਉਣ ਪੰਜਾਬ ਦੇ। ਇਹੋ ਜਿਹਾ ਰਸਤਾ ਜਾਂਦਾ ਜਿੱਥੇ ਹੁਣ ਅਸੀਂ ਜਾ ਰਹੇ ਹਾਂ, ਕਿਹੜੀ ਜਗ੍ਹਾ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ, ਨਾਲੇ ਤੁਹਾਨੂੰ ਦੱਸਾਂਗੇ ਕਿਹੜੀ ਜਗ੍ਹਾ ਉਹ। ਨਾਲ ਨਾਲ ਤੁਸੀਂ ਚਲੋ, ਪੂਰਾ ਜੰਗਲੀ ਇਲਾਕਾ, ਜੰਗਲੀ ਪੂਰਾ। ਇਹਨਾਂ ਤੋਂ ਕਟਾਓ ਪਾਤੀ ਦੇ, ਫਿਰ ਲਓ ਅੱਗੇ ਜਾ ਕੇ ਸਵਾਦ। ਆਹ ਹੈਗਾ ਉਹ ਅੱਗੇ ਜਿਹੜਾ ਤੁਹਾਨੂੰ ਦਿਖਾਉਣਾ ਚਾਹੀਦਾ ਹੈ ਜੀ। ਰਸਤਾ ਨਹੀਂ ਲੱਗ ਰਿਹਾ ਅੱਗੇ, ਰੈੜੀਆਂ ਅੱਗੇ ਸਾਰਾ ਪਾਣੀ ਚੱਲ ਰਿਹਾ, ਵਿਚਲੀ ਰਸਤਾ, ਹੋਰ ਕੋਈ ਰਸਤਾ ਹੈ ਨਹੀਂ। ਬਾਬਾ ਜੀ ਆ ਗਿਆ ਪਰਚੀ ਲੈ ਕੇ, ਜਾਣ ਦੇ। ਡਰ ਤੋਂ ਨਹੀਂ ਲੱਗ ਰਿਹਾ ਬੇਟਾ, ਡਰ ਕੇ ਆ ਗਏ ਜੀ ਤਾਂ ਹੈ। ਜਾਣ ਦੇ। ਐਕਸਪੀਰੀਅੰਸ ਨਾ ਯਾਦ ਹੀ ਰਹੂਗਾ। ਤੁਸੀਂ ਸਾਰੇ ਦੇਖੋ ਪੂਰਾ ਐਂ ਲੱਗ ਰਿਹਾ ਜਿਵੇਂ ਕਿਸੇ ਜੰਗਲ ਸਫਾਰੀ ਰਹਿ ਹੁੰਦੇ ਆ। ਇਹੀ ਚੀਜ਼ ਹੀ ਉਹ ਆ ਬਸ, ਚਾਰੇ ਪਾਸੇ ਬਾਂਸ ਹੀ ਬਾਂਸ ਆ ਲੰਬਾ ਲੰਬਾ। ਅਤੇ ਵਿਚਾਲੇ ਦੀ ਇਹ ਖੱਡਾਂ ਨੇਗੀਆਂ, ਇਹ ਜਿਹੜਾ ਪਹਾੜਾਂ 'ਚੋਂ ਪਾਣੀ ਆਉਂਦਾ ਬਸ ਇੱਥੋਂ ਦੀ ਆਈ ਜਾਂਦਾ ਗਾ, ਇੱਥੇ ਆ ਕੇ ਪਤਾ ਲੱਗਦਾ ਜ਼ੋਰ ਚਲਾਉਣ ਵਾਲੇ ਦਾ ਵੀ, ਚਲਾਉਣ ਵਾਲੇ ਮੋਟਰਸਾਈਕਲ ਦਾ ਦੋਨਾਂ ਦੀ ਪਤਾ ਲੱਗਦਾ ਗਾ, ਪੂਰੇ ਪਤਾ ਲੱਗਿਆ ਅੱਜ ਵੀ ਡਰਾਈਵਿੰਗ ਆਏ ਹੁੰਦੀ ਆ। ਘਰੇ ਮੋਟਰ ਆਇਆ ਬੁਲਾਉਣਾ ਕੁਛ ਨਹੀਂ ਹੁੰਦਾ, ਗਲੀਆਂ 'ਚ ਮੋਟਰਸਾਈਕਲ ਭਜਾਉਣਾ ਕੁਛ ਨਹੀਂ ਹੁੰਦਾ। ਸਮਝ ਜੂ ਆਪੇ ਜਿਹਨੂੰ ਕਿਹਾ ਉਹ ਸਮਝ ਗਿਆ ਹੋਣਾ, ਉਰੇ ਪਤਾ ਲੱਗਦਾ ਬਾਈ ਇੱਧਰ ਵੀ ਆਓ ਇਹ। ਗੰਢੇ ਲੈਣ ਵਾਲਾ ਹੈ ਕੌਣ, ਸਾਨੂੰ ਇਹ ਨਹੀਂ ਸਮਝ ਆਉਂਦੀ।
ਅੱਗੇ ਦਾ ਤਾਂ ਪਤਾ ਨਹੀਂ, ਉਰੇ ਆ ਕੇ ਬਹੁਤ ਸਵਾਦ ਆ। ਡੈਡੀ ਕਹਿੰਦਾ ਸਵਾਦ ਤਾਂ ਉਹਦੀ ਆਉਣ ਲੱਗ ਗਿਆ, ਨਜ਼ਾਰੇ ਤਾਂ ਇੱਥੇ ਬੰਨੇ ਪਏ ਨੇ ਯਾਰ, ਬੜਾ ਘੈਂਟ ਕਰਦਾ। ਅੱਗੇ ਤਾਂ ਹਜੇ ਜਾ ਕੇ ਦੇਖਣਾ ਆਹ ਚੀਜ਼, ਬੜਾ ਸੁੰਦਰ ਕੰਮ। ਕੋਈ ਵੀਰ ਆਊ ਜਿਹੜਾ ਇੱਥੇ, ਆਹ ਐਡਵੈਂਚਰ ਨੂੰ ਤਾਂ ਯਾਦ ਹੀ ਰੱਖੋ, ਇਹ ਨਹੀਂ ਭੁੱਲ ਸਕਦਾ। ਕਿਉਂਕਿ ਜਿੰਨੀਆਂ ਵੀ ਜਗ੍ਹਾ ਦੇਖੀਆਂ ਨੇ ਹਲੇ ਤੱਕ, ਸਭ ਤੋਂ ਬੈਸਟ ਜਗ੍ਹਾ ਸਾਨੂੰ ਇਹੀ ਲੱਗੀ। ਬਾਕੀ ਇਹ ਗੱਲ ਅਲੱਗ ਕਿ ਪੰਜਾਬ 'ਚ ਆ, ਹਾਂ ਦੂਜੀ ਗੱਲ ਇਹ ਪੰਜਾਬ 'ਚ ਆ। ਸਟੰਟ ਵਾਲੀਆਂ ਕਰਦਾ ਬਸ ਆਪਾਂ ਚਲਾਇਆ ਸੀ ਮੋਟਰਸਾਈਕਲ ਪਾਣੀ ਵਾਲੇ ਰਸਤੇ 'ਚ, ਹੁਣ ਬਾਂਟੀ ਨੇ ਪੜ ਲਿਆ ਮੋਟਰਸਾਈਕਲ। ਦੱਸੋ ਜੀ ਕਹਿ ਰਹੇ ਦਾ ਕਿਵੇਂ ਫੀਲ ਹੋ ਰਿਹਾ ਹੁਣ ਤੁਹਾਨੂੰ, ਇਹਦਾ ਐਕਸਪੀਰੀਅੰਸ ਕਿਵੇਂ ਆ? ਉਹਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ ਉਹ 'ਚ ਵੀ ਚਲਾਇਆ ਮੈਂ, ਉਹਦੇ ਨਾਲ ਥੋੜ੍ਹਾ ਜਿਹਾ ਔਖਾ ਹੈ ਕੰਮ ਆ। ਇਹ 'ਚ ਮੋਟਾ ਜਿਹਾ ਸਲਿੱਪ ਕਰ ਰਿਹਾ ਜ਼ਿਆਦਾ, ਰੇਤੀ ਰੇਤਾ। ਇਹ ਰਾਜਸਥਾਨ ਦੀ ਵੀ ਫੀਲਿੰਗ ਦੇ ਮਤਲਬ ਤਾਂ ਸਾਨੂੰ ਪਤਾ ਸੀਗਾ ਵੀ ਰਾਹ ਥੋੜ੍ਹਾ ਖਤਰਨਾਕ ਆ, ਪਰ ਆਹ ਥੋੜ੍ਹਾ ਉਮੀਦ ਤੋਂ ਕੀ ਜਾ ਰਿਹਾ ਹੈਗਾ। ਇਹ ਫਿਰ ਉਹੀ ਰਸਤਾ ਆ ਗਿਆ, ਪਰ ਕਿਤੇ ਕਿਤੇ ਥੋੜ੍ਹੀ ਸੁੱਖ ਵੀ ਮਿਲ ਜਾਂਦਾ, ਸਾਈਡ ਤੋਂ ਵੀ ਰਸਤਾ ਮਿਲ ਜਾਂਦਾ। ਨਹੀਂ ਕਈ ਵਾਰ ਦੋਨੀ ਹੋ ਜਾਂਦਾ, ਕੰਮ ਖਰਾਬ ਹੋ ਜਾਂਦਾ, ਫਿਰ ਵਿੱਚ ਦੀ ਜਾਣਾ, ਹੁਣ ਵਿੱਚ ਦੀ ਅੱਗੇ ਦੇ ਜਾਣਾ। ਵਿਊ ਹੀ ਦੇਖਣਾ ਆਸਾਨ ਨਹੀਂ, ਵਿਊ ਦੇਖਣਾ ਆਸਾਨ ਆ। ਅੱਛਾ ਵਿਊ ਦੇਖਣਾ, ਠੀਕ ਆ ਠੀਕ ਆ, ਵਿਊ ਦੇਖਣਾ ਆਸਾਨ ਆ, ਰਸਤਾ ਕੱਢਣਾ ਔਖਾ। ਜਦੋਂ ਰਸਤਾ ਪਤਾ ਨਾ ਹੋਵੇ ਨਾ ਵੀ ਕਿੱਧਰ ਜਾ ਰਿਹਾ, ਉਦੋਂ ਬਹੁਤ ਔਖਾ। ਉਦੋਂ ਫਿਰ ਚੁੱਪ ਕਰਕੇ ਸਿੱਧੇ ਜਾਈ ਜਾਓ, ਕਿਤੇ ਤਾਂ ਜਾਊਗੀ। ਜਦੋਂ ਰਸਤਾ ਜਿੱਧਰ ਨੂੰ ਮੁੜ ਰਿਹਾ ਬਸ ਉੱਧਰ ਨੂੰ ਮੁੜੀ ਜਾਓ, ਜਿੱਧਰ ਜਾਂਦਾ ਉਹ ਠੀਕ ਆ। ਫਿਰ ਇੱਕ ਬੰਦਾ ਵੀ ਦੇਖ ਗਿਆ, ਉਹ ਫਿਰਦਾ ਬਹੁਤ ਟਾਈਮ ਹੋ ਗਿਆ, ਸਾਰੇ ਰਸਤੇ 'ਚ ਕੋਈ ਬੰਦਾ ਹੀ ਨਹੀਂ ਦੇਖਿਆ। ਗੱਲਾਂ ਹੁਣ ਬੇਟਾ ਹੁਣ ਨਿਕਲਿਆ ਵਧੀਆ ਪੱਕੇ ਸੜਕ 'ਤੇ, ਹੁਣ ਮੋਟਰਸਾਈਕਲ ਨੂੰ ਵੀ ਥੋੜ੍ਹਾ ਜਿਹਾ ਆਰਾਮ ਆਇਆ ਵੀ ਚੱਲ ਜੇ ਵਧੀਆ ਰਾਹ ਲਿਆਂਦਾ, ਪਰ ਰਾਹ ਆ ਵੀ ਪੂਰਾ ਠੰਡੀ ਠੰਡੀ ਹਵਾ ਲੱਗਦੀ ਆ, ਸਵਾਦ ਆਈ ਜਾਂਦਾ। ਆਰਾਮ ਚਲਾਉਣ ਵਾਲੇ ਨੇ ਵੀ ਬਹੁਤ ਆਇਆ ਹੁਣ, ਔਰ ਪੂਰਾ ਵਧੀਆ ਫੀਲ ਹੋ ਰਿਹਾ, ਫੁੱਲ ਐਡਵੈਂਚਰ ਹੈਗਾ। ਅਤੇ ਬਾਕੀ ਬਾਈਕ 'ਤੇ ਨਾ ਬੋਇਜ਼ ਬੋਇਜ਼ ਆਵੇ ਸਾਰੇ, ਮੁੰਡੇ ਮੁੰਡੇ ਆਇਓ, ਅਤੇ ਗੱਡੀ ਵੀ ਉਹ ਲੈ ਕੇ ਜੇ ਕੋਈ ਗੱਡੀ 'ਤੇ ਆਉਂਦਾ ਆ ਸਕਦਾ, ਪਰ ਗੱਡੀ ਦਮਦਾਰ ਹੋਵੇ, ਹੈਵੀ ਡਰਾਈਵਰ ਹੋਵੇ, ਡਰਾਈਵਰ ਹੈਵੀ ਹੋਣ ਸਾਡੇ ਵਰਗੇ, ਹੈਵੀ ਡਰਾਈਵਰ ਹੋਵੇ ਫਿਰ ਆਊਗਾ, ਫਿਰ ਨਿਕਲੂਗਾ ਤੂੰ। ਅਤੇ ਨੈੱਟਵਰਕ ਤਾਂ ਹੈ ਨਹੀਂ, ਨੈੱਟਵਰਕ ਜ਼ਮੀਨ, ਗੂਗਲ ਮੈਪ ਮੂਪ 'ਤੇ ਕੋਈ ਉਹ ਨਾ ਰੱਖਿਓ ਭਰੋਸਾ, ਵੀ ਸਾਨੂੰ ਕਿਧਰੇ ਤਣ ਪੱਤਰ ਆਊਗਾ, ਗੂਗਲ ਮੈਪ ਸਾਨੂੰ ਕੋਈ ਰਸਤਾ ਨਹੀਂ ਦੱਸਦਾ, ਕੋਈ ਰਸਤਾ ਨਹੀਂ ਦੱਸਦਾ। ਇੱਕ ਵਾਰ ਸੜਕ ਆਈ ਸੀ ਅਤੇ ਖੁਸ਼ੀ ਜੀ ਮਿਲੀ ਸੜਕ ਦੇਖ ਕੇ ਵੀ ਚਲੋ ਹੁਣ ਤਾਂ ਵਧੀਆ ਰੋਡ ਹੋਊਗਾ, ਵਧੀਆ ਜਾਵਾਂਗੇ। ਅਤੇ ਬਾਕੀ ਇੱਕ ਵਾਰ ਉਹ ਖੁਸ਼ੀ ਦੋ ਪਾਲ ਹੀ ਹੁੰਦੀ ਆ, ਦੋ ਪਾਲ ਕੀ ਖੁਸ਼ੀ ਸੀ। ਅਤੇ ਹੁਣ ਸੜਕ ਗਈ, ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਜਾ ਕਿਹੜੇ ਰੋਡ ਰਹੇ ਹਾਂਗੇ, ਅਤੇ ਬਸ ਜਾਈ ਜਾਂਦੇ ਹਾਂ ਵੀ ਚੱਲ ਕਿਤੇ ਤਾਂ ਨਿਕਲੂ ਇਹ ਜਾ ਕੇ, ਕਿਉਂਕਿ ਸਾਨੂੰ ਤਾਂ ਪੁੱਛਣ ਲਈ ਬੰਦਾ ਵੀ ਨਹੀਂ ਮਿਲ ਰਿਹਾ ਕੋਈ ਰਸਤੇ 'ਚ ਵੀ, ਚੱਲ ਕੋਈ ਬੰਦਾ ਹੀ ਇੱਕ ਟੱਕਰ ਜੇ। ਤੁਸੀਂ ਆਪਣਾ ਰਸਤਾ ਕਨਫਰਮ ਕਰਕੇ ਚੱਲੇ ਇੱਧਰ ਇੱਧਰ ਦੀ ਜਾਣਾ, ਇੱਥੇ ਤੁਹਾਨੂੰ ਪਹਿਲਾਂ ਵੀ ਦੱਸਿਆ ਗੂਗਲ ਮੈਪ ਕੁਛ ਨਹੀਂ ਕੰਮ ਕਰਦਾ, ਨੈੱਟਵਰਕ ਤਾਂ ਹੈ ਨਹੀਂ ਗਾ। ਅਤੇ ਬਾਕੀ ਨਾ ਕੋਈ ਸਾਨੂੰ ਬੋਰਡ ਲੱਗਿਆ ਮਿਲੇ, ਨਾ ਕੋਈ ਸਿੰਪਲ, ਕੁਛ ਨਹੀਂ ਹੈ, ਇੱਥੇ ਉਹਨੂੰ ਤੱਕ ਨਾਲ ਹੀ ਜਾਣਾ ਪਊ, ਫਿਰ ਤਾਂ ਵੀ ਬਸ ਜਾਈ ਜਾਓ ਸਿੱਧਾ ਸਿੱਧਾ, ਜਾਂ ਪਰ ਆਹੀ ਜੀ ਕੋਈ ਡੰਡੀ ਫੜੋ ਵੀ ਜਿਹੜੀ ਜਾਈ ਜਾਵੇ।
ਮੈਂ ਤਾਂ ਇਹ ਸੋਚ ਰਿਹਾ ਵੀ ਆਪਾਂ ਇੱਕ ਦਿਨ ਆ ਕੇ ਨਾ ਇੰਨਾ ਔਖਾ ਉਹ ਲੱਗ ਰਿਹਾ ਵੀ ਯਾਰ ਮੋਟਰਸਾਈਕਲ ਇਹ 'ਚ ਕਿਵੇਂ ਚਲਾਉਂਦੇ ਹੋਵਾਂਗੇ। ਬਾਕੀ ਨਾ ਡੇਲੀ ਦਾ ਕੰਮ ਆ ਉਹ ਭਾਈ ਸਾਹਿਬ ਕਿੱਧਰ ਜਾਂਦੇ ਰੇ, ਕਿੱਥੇ ਲੇਖਾ ਦੇਣਗੇ ਵਿਚਾਰੇ। ਹੁਣ ਮਾਂਟੀ ਪੂਰਾ ਔਖਾ ਔਖਾ ਲੱਗ ਰਿਹਾ ਨਾ, ਮਾਂਟੀ ਔਖਾ ਔਖਾ ਵਰਗਾ ਔਖਾ ਹੈਗਾ। ਫਿਰ ਪਾਣੀ ਹੋਣ ਲੱਗ ਗਿਆ, ਮੋਟਰਸਾਈਕਲ 20 ਦੀ ਸਪੀਡ ਵੀ ਫੜ ਲੈਂਦਾ ਨਾ, ਖੁਸ਼ੀ ਹੋ ਜਾਂਦੀ 20 ਤੇ ਆ ਗਿਆ ਮੋਟਰਸਾਈਕਲ। ਨਹੀਂ ਤਾਂ 10 ਦੀ ਚਲਾਉਣਾ ਪੈਂਦਾ, 10 5 10 ਆ। ਫਿਰ ਪਾਣੀ ਸਟਾਰਟ ਹੋ ਗਿਆ, ਮੱਲਾ ਦਾ ਪਾਣੀ ਪੀਣ ਵਾਲਾ ਦੇਖੂ ਚੱਲ ਛੱਡ। ਤੈਨੂੰ ਪਤਾ ਲੇਟ ਹੋ ਜਾਣਗੇ, ਹੁਣ ਤਾਂ ਖਿੱਚਦੇ ਮੋਟਾ ਹੈ ਉੱਧਰ ਦੀ ਉੱਧਰ ਆਉਲੇ ਸਿੱਧਾ ਜਾਣ ਦੇ ਮੇਰੇ ਸ਼ਾਰਟਕੱਟ। ਉਹ ਕਿਹਦਾ ਜੀ ਕਰਦਾ ਸ਼ਾਰਟਕੱਟ ਲੈਣ ਨੂੰ ਹੈ, ਮਜ਼ਬੂਰੀਆਂ ਬਹੁਤ ਨੇ ਇੱਥੇ, ਇੱਧਰ ਲਈ ਫਿਰਦੇ ਹਾਂ ਟਰੈਕਿੰਗ ਨੂੰ। ਜੰਗਲ ਸਫਾਰੀ ਆ ਜਾਂਦੀ ਹੈ ਜੀ, ਆਹ ਦੇਖੋ ਜਿਵੇਂ ਜੰਗਲੀ ਏਰੀਆ ਪੂਰਾ ਫੁੱਲ। ਇਹਦੇ ਫਿਲਮ ਐਮੀ ਵਰਕ ਨੇ ਇੱਥੇ ਕਰਨੀ ਸੀਗੀ, ਡੌਂਕੀ ਮੈਕਸੀਕੋ ਚੱਲੀਏ ਅੱਜ ਡੌਂਕੀ ਗਏ ਨਾ, ਇੱਥੋਂ ਲਵਾਉਂਦੇ ਸੀ ਡੌਂਕੀਆਂ। ਹਾਂ ਇੱਥੋਂ ਲਵਾਉਣੀਆਂ ਸੀ ਡੌਂਕੀਆਂ, ਇੱਥੇ ਸ਼ੂਟ ਹੋ ਸਕਦੀ ਸੀ ਜੇ ਕਰਨੀ। ਦੇਖੋ ਦੱਸ ਕੋ ਜਹੀ ਹੈ ਉਹ ਜੰਗਲ ਇਹਦਾ ਫੇਰ ਉਹੀ ਰਸਤਾ ਆ ਗਿਆ। ਕਹਿੰਦੇ ਘੁੰਮਦੇ ਘੁੰਮਾਉਂਦੇ ਫੇਰ ਉੱਥੇ ਆਉਣਾ ਪਿਆ। ਬਾਕੀ ਜਿਹੜਾ ਪਾਣੀ ਆ ਰਿਹਾ ਤਾਂ ਇਹਦਾ ਪਤਾ ਨਹੀਂ ਲੱਗ ਰਿਹਾ ਵੀ ਆ ਕਿੱਧਰੋਂ ਰਿਹਾ, ਪਰ ਇੱਕ ਗੱਲ ਪਤਾ ਲੱਗੀ ਵੀ ਜਿਹੜੀਆਂ ਆਹ ਪਹਾੜੀ ਨਾ ਇਹਨਾਂ ਨੀਚੋਂ ਆ ਰਿਹਾ ਸੀ, ਇਹ ਸਾਨੂੰ ਵੀ ਨਹੀਂ ਪਤਾ ਵੀ ਕਿੱਥੋਂ ਆ ਰਿਹਾ। ਬਾਕੀ ਪਾਣੀ ਆ ਪਹਾੜਾਂ 'ਚ ਹੀ ਆ ਰਿਹਾ ਇਹਦਾ ਪਤਾ ਹੀ ਆ, ਅਤੇ ਬਾਕੀ ਨਾ ਉਹ ਕਿਸੇ ਥੱਲੋਂ ਇਹਦੀ ਆ ਰਿਹਾ ਕਿਸੇ ਪਹਾੜ ਦੇ ਕਿਸੇ ਦੇ ਤਾਹਾਂ ਦੀ, ਅਤੇ ਸਮਝ ਨਹੀਂ ਲੱਗ ਰਹੀ। ਚੱਲ ਸੋ ਹੁਣ ਤੁਸੀਂ ਉੱਧਰੋਂ ਨਿਕਲੇ, ਰਸਤਾ ਮੁਸ਼ਕਿਲ ਹੀ ਮਿਲਿਆ, ਅਤੇ ਅਸੀਂ ਤਾਂ ਇਹੀ ਕਹਿਣਾ ਮੈਂ ਤੁਹਾਨੂੰ ਵੀ ਯਾਰ ਜਿਹੜਾ ਜਾਊ ਨਾ ਇੱਕ ਵਾਰੀ ਉੱਥੇ ਇੰਟਰ ਹੋਣ ਤੋਂ ਪਹਿਲਾਂ ਸਾਰਾ ਰਸਤਾ ਕਨਫਰਮ ਕਰ ਲਿਓ, ਕਿਉਂਕਿ ਰਸਤਾ ਉੱਥੇ ਬਹੁਤ ਰਸਤੇ ਬਣਦੇ ਅੰਦਰ, ਜਿਹੜੀਆਂ ਖੱਡਾਂ ਨੇ ਬਹੁਤ ਖੱਡਾਂ 'ਚ ਬਹੁਤ ਰਸਤੇ ਨਿਕਲਦੇ ਨੇ, ਇਹਦੇ ਲਈ ਤੁਹਾਨੂੰ ਰਸਤਾ ਲੱਭਣਾ ਬਹੁਤ ਮੁਸ਼ਕਿਲ ਹੋਜੂ। ਬਾਏ ਚਾਂਸ ਤੁਹਾਡੇ ਨਾਲ ਇਹੋ ਜਿਹਾ ਸੀਨ ਹੁੰਦਾ ਵੀ ਆ, ਜੋ ਅਸੀਂ ਕੀਤਾ ਉਹੀ ਕਰਿਓ, ਉੱਥੇ ਟਾਇਰਾਂ ਟੂਰਾਂ ਦੇ ਨਿਸ਼ਾਨ ਉਹਨਾਂ ਦੇ ਪਏ ਹੁੰਦੇ ਨੇ, ਅਤੇ ਜੋ ਪਹਿਲਾਂ ਪੂਲਾਂ ਲੰਘੇ ਹੁੰਦੇ ਨੇ ਉਹ ਨਿਸ਼ਾਨ ਦੇਖਦੇ ਦੇਖਦੇ ਆ ਜਾਓਗੇ ਤੁਸੀਂ ਬਾਹਰੇ। ਪਰ ਫਿਰ ਵੀ ਇੱਕ ਵਾਰੀ ਕਨਫਰਮ ਕਰਨਾ ਵਧੀਆ ਗੱਲ ਹੈਗੀ, ਵੀ ਕਨਫਰਮ ਕਰ ਲਵੇਂ ਤਾਂ ਚੰਗਾ ਰਹੋਗੇ। ਅਤੇ ਅੱਜ ਦਾ ਬਲੌਗ ਅਸੀਂ ਕਰਦੇ ਹਾਂ ਇੱਥੇ ਖਤਮ, ਅਤੇ ਇੱਕ ਗੱਲ ਹੋਰ ਇਨਫੋਰਮੇਸ਼ਨ ਦੇਣੀ ਸੀ ਵੀ ਅਸੀਂ ਨਾ ਇੰਸਟਾਗ੍ਰਾਮ 'ਤੇ ਯੂਟਿਊਬ 'ਤੇ ਇੱਕ ਪੋਲਿੰਗ ਪਾਇਆ ਸੀ ਵੀ ਸ਼੍ਰੀਨਗਰ ਚੱਲੀਏ ਜਾਂ ਮਨਾਲੀ। ਹੁਣ ਤੁਸੀਂ ਸਾਡੇ ਨਾਲ ਐਵੇਂ ਹੀ ਜੁੜੇ ਰਹੋ, ਕਿਉਂਕਿ ਅੱਗੇ ਹੁਣ ਅਸੀਂ ਮਨਾਲੀ ਦੀ ਸ਼ਾਇਦ ਨਾ ਸੌਰੀ ਸ਼੍ਰੀਨਗਰ ਦੀ ਤਿਆਰੀ ਕਰ ਰਹੇ ਹਾਂ, ਅਤੇ ਸ਼ਾਇਦ ਤੁਹਾਨੂੰ ਨਾਲ ਹੁਣ ਅੱਗੇ ਸ਼੍ਰੀਨਗਰ ਦੇ ਵਲੌਗ ਵੀ ਦੇਖਣ ਨੂੰ ਮਿਲਣਗੇ। ਅਤੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰੋ।